ਅਜੋਕੇ ਯੁੱਗ 'ਚ ਪਲਾਸਟਿਕ ਨੇ ਪੂਰੀ ਦੁਨੀਆ ਨੂੰ ਆਪਣੇ ਕਬਜ਼ੇ 'ਚ ਕਰ ਲਿਆ ਅਤੇ ਬਹੁਤੇ ਲੋਕ ਪਲਾਸਟਿਕ ਦੀਆਂ ਚੀਜ਼ਾਂ ਉੱਤੇ ਕਾਫੀ ਹੱਦ ਤੱਕ ਨਿਰਭਰ ਹੋ ਗਏ ਨੇ। ਵਾਤਾਵਰਨ ਲਈ ਅਨੁਕੂਲ ਚੀਜ਼ਾਂ ਵਰਤਣ ਦੀ ਬਜਾਏ ਅਸੀਂ ਪਲਾਸਟਿਕ ਦੀਆਂ ਚੀਜ਼ਾਂ ਦੀ ਵਰਤੋਂ ਨੂੰ ਤਰਜੀਹ ਦਿੰਦੇ ਹਾਂ। ਪਹਿਲਾਂ ਭਾਰਤੀ ਝੰਡੇ ਕੱਪੜੇ ਦੇ ਬਣੇ ਹੁੰਦੇ ਸੀ, ਪਰ ਹੁਣ ਪਲਾਸਟਿਕ ਨੇ ਉਹ ਥਾਂ ਲੈ ਲਈ ਅਤੇ ਤਿਰੰਗੇ ਝੰਡੇ ਵੀ ਪਲਾਸਟਿਕ ਤੋਂ ਹੀ ਬਣਨ ਲੱਗ ਗਏ ਨੇ। ਹਾਲਾਂਕਿ ਇੱਥੇ ਮੈਂਗਲੌਰ ਵਿੱਚ ਇੱਕ ਵਿਅਕਤੀ ਅਜਿਹਾ ਵੀ ਹੈ ਜੋ ਵਾਤਾਵਰਨ ਨੂੰ ਬਚਾਉਣ ਲਈ ਵਾਤਾਵਰਨ ਅਨੁਕੂਲ ਬੈਜ ਅਤੇ ਝੰਡੇ ਬਣਾ ਰਿਹਾ। ਸੁਤੰਤਰਤਾ ਦਿਵਸ, ਗਣਤੰਤਰ ਦਿਵਸ ਜਾਂ ਹੋਰ ਕੋਈ ਰਾਸ਼ਟਰੀ ਤਿਉਹਾਰ ਉਹਨਾਂ ਨੂੰ ਮਨਾਉਣ ਲਈ ਸਾਰੇ ਪਲਾਸਟਿਕ ਦੇ ਬਣੇ ਝੰਡੇ ਦੀ ਵਰਤੋਂ ਕਰਦੇ ਨੇ, ਜਦੋਂ ਕਿ ਇਹ ਪਲਾਸਟਿਕ ਦੇ ਝੰਡੇ ਪਾਣੀ ਜਾਂ ਚਿੱਕੜ ਵਿੱਚ ਨਹੀਂ ਘੁਲਦੇ। ਇਸ ਲਈ ਪਲਾਸਟਿਕ ਨਾਲ ਪੈਦਾ ਹੋਏ ਸੰਕਟ ਨੂੰ ਕਾਬੂ ਕਰਨ ਲਈ ਮੈਂਗਲੌਰ ਪੇਪਰ ਸੀਡ ਆਰਗਨਾਈਜੇਸ਼ਨ ਵਾਤਾਵਰਨ ਅਨੁਕੂਲ ਬੈਜ ਅਤੇ ਝੰਡੇ ਬਣਾ ਰਹੀ ਹੈ। ਪੇਪਰ ਸੀਡ ਆਰਗਨਾਈਜੇਸ਼ਨ ਦੇ ਨਿਤਿਨ ਵਾਸ ਨੇ ਕਾਗਜ਼ ਦੇ ਬੰਡਲ ਤੋਂ ਝੰਡੇ ਅਤੇ ਬੈਜ ਬਣਾਏ ਨੇ ਜੋ ਆਸਾਨੀ ਨਾਲ ਚਿੱਕੜ ਵਿੱਚ ਘੁਲ ਜਾਂਦੇ ਨੇ। ਇਹਨਾਂ ਝੰਡਿਆਂ ਅਤੇ ਬੈਜਾਂ ਵਿੱਚ ਕੋਈ ਪਲਾਸਟਿਕ ਦੀ ਵਰਤੋਂ ਨਹੀਂ ਕੀਤੀ ਗਈ, ਇਸ ਲਈ ਇਹ ਧਰਤੀ ਅਤੇ ਵਾਤਾਵਰਨ ਲਈ ਕਿਸੇ ਦੀ ਤਰ੍ਹਾਂ ਨੁਕਸਾਨਦੇਹ ਨਹੀਂ ਨੇ। ಪ್ರತಿ ವರ್ಷ ಸ್ವಾತಂತ್ರ್ಯ ದಿನಾಚರಣೆಗೆ ನಾವು ವಿಭಿನ್ನ ರೀತಿಯಲ್ಲಿ ಪ್ಲಾಸ್ಟಿಕ್ ಮುಕ್ತ ಭಾರತವನ್ನು ಮಾಡಬೇಕೆಂಬ ಕಲ್ಪನೆಯಲ್ಲಿ ನಾವು ಭಾರತ ಪ್ಲಾಸ್ಟಿಕ್ ಮುಕ್ತ ಕಾಗದದ ಬಂಡಲ್ ಝಂಡೆ ಬ್ಯಾಜ್ ಬಣಾಯು ಪೇಪರ್ ಪಲ್ಪಿನಿಂದ ಮಾಡಿದಂತ ಬ್ಯಾಜ್ಗಳನ್ನು ನಾವು ಮಾಡಿದೀವಿ. ಈ ಪೇಪರ್ ಬ್ಯಾಜಿನಲ್ಲಿ ಇರುವಂತ ವಿಶೇಷತೆ ಏನಂದ್ರೆ, ಇದನ್ನು ನೀವು ಬಳಕೆ ಮಾಡಿ ಆದ ಮೇಲೆ ಅದು ಅಕಸ್ಮಿಕವಾಗಿ ಇಸ್ನು ಗಾರೆ ಅಥವಾ ಪಾಣಿ ವಿಚ್ ಪಾವೋಗೆ ಈ ಬ್ಯಾಜ್ ಝಂಡೆ ಅಪನೇ ಆಪ್ ಕುಲ್ ಜಾಣಗೆ ಒಂದು ಗಿಡವಾಗಿ ಬೆಳೆಯುತ್ತೆ. ਵਾਤਾਵਰਨ ਪ੍ਰੇਮੀ ਨਿਤਿਨ ਵਾਸ ਨੇ ਫਲ ਅਤੇ ਸਬਜ਼ੀਆਂ ਦੇ ਬੀਜਾਂ ਨਾਲ ਕਾਗਜ਼ ਦੇ ਬੰਡਲ ਤੋਂ ਝੰਡੇ ਅਤੇ ਬੈਜ ਤਿਆਰ ਕੀਤੇ ਨੇ। ਕੇਰਲ ਤੋਂ ਪੈਸ਼ਨ ਫਰੂਟ ਅਤੇ ਹੋਰ ਸਬਜ਼ੀਆਂ ਦੇ ਬੀਜ ਨੂੰ ਕਾਗਜ਼ ਦੇ ਬੰਡਲਾਂ ਤੋਂ ਤਿਆਰ ਕੀਤੇ ਝੰਡੇ ਅਤੇ ਬੈਜਾਂ ਦੇ ਅੰਦਰ ਰੱਖਿਆ ਜਾਂਦਾ ਹੈ ਤਾਂ ਜੋ ਚਿੱਕੜ ਵਿੱਚ ਸੁੱਟੇ ਜਾਣ ਤੋਂ ਬਾਅਦ ਉਹ ਪੌਦਿਆਂ ਵਿੱਚ ਉੱਗ ਸਕਣ। ಅದರಲ್ಲಿರುವ ವಿಶೇಷತೆ ಏನಂದ್ರೆ, ಈ ಸಲ ನಾವು ಪ್ಯಾಶನ್ ಫ್ರೂಟ್ ಅಂದ್ರೆ ಈ ವಿಶೇಷ ಚಂಡೆ ಅತೇ ಬ್ಯಾಜ್ ಹನ್ ಜಿನ್ನಾ ವಿಚ್ ಫಲ ಅತೇ ಸಬ್ಜಿಯಾ ದೇ ಬೀಜ ಶಾಮಲ ಹੁੰದੇ ಆ। ਉਹ ਲੋਕ ਜੋ ਇਹਨਾਂ ਬੈਜਾਂ ਦੀ ਵਰਤੋਂ ਕਰਦੇ ਹਨ, ਪੌਦੇ ਉਗਾਉਣ ਲਈ ਇਸ ਨੂੰ ਬਰਤਨ ਵਿੱਚ ਪਾ ਸਕਦੇ ਹਨ। ಈ ಗಿಡದ ಬಗ್ಗೆನೂ ಅರಿವು ಇರಲಿ, ಅದನ್ನು ಆದಷ್ಟು ನಮ್ಮ ಗ್ರಾಮಗಳಲ್ಲಿ, ಊರುಗಳಲ್ಲಿ, ಹಳ್ಳಿಗಳಲ್ಲಿ ಬೆಳೆಸಲಿ ಎಂಬ ಉದ್ದೇಶದಿಂದ ಇದನ್ನು ನಾವು ಮಾಡಿವಿ. ಕಾಗಜ್ ದೇ ಕಾರಣ ಈ ಚಿಕ್ಕಡ ವಿಚ್ ಕುಲ್ ಜಾವೇಗಾ ಅತೇ ಇಕ್ ನಮ ಪೌದಾ ವಿಕಸಿತ ಹೋಯೇಗಾ. ಸೊ ಜನರು ಇದಕ್ಕೆ ಒಳ್ಳೆ ರೀತಿಯಲ್ಲಿ ಸ್ಪಂದಿಸ್ತಾ ಇದ್ದಾರೆ. ವಾತಾವರಣ ಪ್ರೇಮಿ ಅತೇ ಜ್ಯಾದಾತರ ಲೋಕ ಮಹಸೂಸ್ ಕರ್ದೇನೆ, ರಾಷ್ಟ್ರೀ ತ್ಯೋಹಾರಾ ಲೈ ਵਾਤਾਵਰਨ ਦੇ ਅਨੁਕੂਲ ਝੰਡੇ ਅਤੇ ਬੈਜ ਦੀ ਵਰਤੋਂ ਪਲਾਸਟਿਕ ਦੇ ਬੈਜ ਨਾਲੋਂ ਕਰਨਾ ਜ਼ਿਆਦਾ ਬਿਹਤਰ ਰਹੇਗਾ। ਬਿਊਰੋ ਰਿਪੋਰਟ, ETV ਭਾਰਤ। ਟੂ ਵਾਚ 24x7 ਨਿਊਜ਼ ਲਾਈਵ, ਡਾਊਨਲੋਡ ETV ਭਾਰਤ ਐਪ।